ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਧ ਸੰਭਾਲੇ, ਇਸ ਸ਼ਬਦ ਦਾ ਉਚਾਰਨ ਕੀਤਾ ਹੈ ਜੀ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ। ਔਰ ਗਾਇਨ ਕੀਤਾ ਹੈ ਭਾਈ ਸਾਹਿਬ ਭਾਈ ਰਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲਿਆਂ ਨੇ। ਅੱਜ ਅਸੀਂ ਇਸ ਸ਼ਬਦ ਨੂੰ ਭੈਣਾਂ ਦੇ ਸਕੇਲ ਦੇ ਉੱਪਰ ਸਿੱਖਾਂਗੇ ਜੀ, ਵੀਰਾਂ ਦੇ ਸਕੇਲ ਦੇ ਉੱਪਰ। ਮੈਂ ਇਸ ਸ਼ਬਦ ਦੀ ਵੀਡੀਓ ਪਹਿਲਾਂ ਹੀ ਅਪਲੋਡ ਕਰ ਚੁੱਕਾ ਹਾਂ, ਤੁਸੀਂ ਇਸ ਚੈਨਲ ਦੀ ਮੇਰੇ ਚੈਨਲ ਦੀ ਪਲੇਲਿਸਟ ਦੇਖ ਕੇ ਉਹਦੇ ਵਿੱਚ ਤੁਸੀਂ ਦੇਖ ਸਕਦੇ ਹੋ। ਔਰ ਇਸ ਸ਼ਬਦ ਨੂੰ ਮੈਂ ਪਹਿਲਾਂ ਆਪਣੇ ਸਕੇਲ ਦੇ ਉੱਪਰ ਸੰਪੂਰਨ ਗਾਇਨ ਕਰਾਂਗਾ ਜੀ, ਉਸ ਤੋਂ ਬਾਅਦ ਵੀਰਾਂ ਭੈਣਾਂ ਦੇ ਸਕੇਲ ਦੇ ਉੱਪਰ ਇਸ ਸ਼ਬਦ ਨੂੰ ਅਸੀਂ ਸਿੱਖਾਂਗੇ ਜੀ। ਅਗਰ ਤੁਸੀਂ ਹੁਣ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਸਬਸਕ੍ਰਾਈਬ ਕਰੋ ਜੀ, ਲਾਈਕ ਕਰੋ, ਸ਼ੇਅਰ ਕਰੋ, ਕਮੈਂਟਸ ਕਰੋ, ਔਰ ਬੈਲ ਦੇ ਬਟਨ ਨੂੰ ਜ਼ਰੂਰ ਦਬਾਓ ਤਾਂ ਕਿ ਆਉਣ ਵਾਲੀਆਂ ਸ਼ਬਦਾਂ ਦੀਆਂ ਵੀਡੀਓਜ਼ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ ਜੀ। ਸ਼ੁਰੂ ਕਰਦੇ ਹਾਂ। ਔਖੀ ਕੜੀ ਨਾ ਦੇਖਣ ਦੇ
मन बिलास पै साहिब के मन बिलास पै साहिब के अचरज देख बड़ाई अचरज देख बड़ाई हर सिमर सिमर आनंद कर नानक हर सिमर सिमर आनंद कर नानक पूरन पैज रखाई प्रभ पूरन पैज रखाई प्रभ पूरन पैज रखाई पूरन पैज रखाई औखी कड़ी न देखण देई औखी कड़ी न देखण देई अपना बिरद संभाले अपना बिरद संभाले औखी कड़ी न देखण देई औखी कड़ी न देखण देई। इस शब्द का स्केल जो मैं भैणा वास्ते रख्या है जी यह है मंदर सप्तक का चौथा काला मंदर सप्तक का चौथा काला भैणा का स्केल है जी नीवा स्केल है और इस शब्द नूं तीन ताल ताल दे विच गायन करना है। तालां बारे मैं एक गल कह देनी चाहुंदा हाँ जी कि जदों भी असी कोई शब्द गायन करदे हाँ तां सानूं ताल बारे ज़्यादा चिंता नहीं करनी चाहीदी क्योंकि जो भी भाई साहब साढ़े नाल तबले दे उपर और ढोलक दे उपर संगत कर रहे हुंदे ने जदों असी शब्द स्टार्ट करदे हाँ ਤਾਂ ਉਸੇ ਵੇਲੇ ਹੀ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਕਿਸ ਤਾਲ ਦੇ ਵਿੱਚ ਇਹ ਸ਼ਬਦ ਹੈ। ਇਸ ਲਈ ਸਾਨੂੰ ਤਾਲ ਬਾਰੇ ਚਿੰਤਾ ਨਹੀਂ ਕਰਨੀ ਚਾਹੀਦੀ ਜੀ। ਆਓ ਸ਼ੁਰੂ ਕਰਦੇ ਹਾਂ। ਔਖੀ ਕੜੀ ਨਾ ਦੇਖਣ ਦੇਈ ਔਖੀ ਕੜੀ ਨਾ ਦੇਖਣ अपना बिरद संभाले अपना बिरद संभाले औखी कड़ी ना देखण दे। तीन अंतरे हैं जी। पहला अंतरा छोटा है पहला अंतरा लेंदे हाँ जी। हाथ दे रखे अपने को दूसरी वरा जदों इस लाइन नू असी कहना है तां अलग तरीके नाल कहना है। अगर असी उस तरीके नाल अलग हट के दूसरी लाइन का गायन कर सकते हाँ तो सानू करना चाहिए है नहीं तो इस पहली लाइन की तरह ही सिंपल असी गायन कर सकते हाँ। दूसरी लाइन किस तरह है हाथ दे रखे अपने को पहली बार असी सिंपल गाया सी हाथ दे रखे अपने को हाथ दे रखे अपने को सास सास प्रतपाले सास सास प्रतपाले
ਸਾਸ ਸਾਸ ਪ੍ਰਟ ਪਾਲੇ ਔਖੀ ਕੜੀ ਨਾ ਦੇਖਣ ਦੇ ਪ੍ਰਭ ਸਿਉਂ ਲਾਗ ਰਹੇ ਮੇਰਾ ਚੀਤ ਔਰ ਦੂਸਰੀ ਵਾਰ ਪ੍ਰਭ ਸਿਉਂ ਲਾਗ ਰਹੇ ਮੇਰਾ ਚੀਤ ਅੰਤ ਪ੍ਰਭ ਸਦਾ ਸਹਾਈ ਔਰ ਦੂਸਰੀ ਵਾਰ ਆਦਿ ਅੰਤ ਪ੍ਰਭ ਸਦਾ ਸਹਾਈ ਅਗਰ ਇਹ ਸੁਰ ਲੱਗਦੇ ਹਨ ਤਾਂ ਲਾਉਣੇ ਚਾਹੀਦੇ ਨੇ, ਨਹੀਂ ਤਾਂ ਅਸੀਂ ਇਸ ਨੂੰ ਵੀ ਪਹਿਲੀ ਲਾਈਨ ਦੀ ਤਰ੍ਹਾਂ ਹੀ ਸਿੰਪਲ ਹੀ ਗਾਇਨ ਕਰਨਾ ਹੈ ਇਸ ਤਰ੍ਹਾਂ ਆਦਿ ਅੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਮੀਤ ਤਨ ਹਮਾਰਾ ਮੀਤ ਮਨ ਬਿਲਾਸ ਪੈ ਸਾਹਿਬ ਕੇ ਮਨ ਬਿਲਾਸ ਪੈ ਸਾਹਿਬ ਕੇ ਅਚਰਜ ਦੇਖ ਬਡਾਈ ਅਚਰਜ ਦੇਖ ਬਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈ ਜਰਖਾਈ ਪ੍ਰਭ ਪੂਰਨ ਪੈ ਜਰਖਾਈ ਪ੍ਰਭ ਪੂਰਨ ਪੈ ਜਰਖਾਈ ਪ੍ਰਭ ਪੂਰਨ ਪੈ ਜਰਖਾਈ ਔਖੀ ਕੜੀ ਨਾ ਦੇ ਸਮਾਲੀ ਔਖੀ ਕੜੀ ਨਾ ਦੇਖਣ ਦੇ ਔਖੀ ਕੜੀ ਨਾ ਦੇਖਣ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।